ਤੇ ਸਰਦਾਰ ਬਖਤੌਰ ਸਿੰਘ ਢਿੱਲੋਂ ਮੇਰੇ ਨਾਲ ਜੁੜ ਗਏ ਨੇ। ਢਿੱਲੋਂ ਸਾਹਿਬ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਢਿੱਲੋਂ ਸਾਹਿਬ ਆਈਏ ਹੁਣ ਪ੍ਰਸ਼ਾਂਤ ਭੂਸ਼ਣ ਹੋਰਾਂ ਦੇ ਮਸਲੇ ਤੇ। ਹਾਂਜੀ, ਉਹ ਕਹਿੰਦੇ ਹੁੰਦੇ ਨੇ ਜਵਾਕਾਂ ਵਾਂਗੂ ਉਂਗਲ ਧਰ ਲੈਂਦੇ ਆਪਾਂ ਥੱਲੇ, ਕਈ ਵਾਰੀ ਖੇਡ ਖੇਡਦੇ ਖੇਡਦੇ, ਤੇ ਅਦਾਲਤ ਨੇ ਫਿਰ ਫੈਸਲਾ ਰਾਖਵਾਂ ਰੱਖ ਲਿਆ ਜੀ ਉਹਨਾਂ ਵਾਲੇ ਮਾਮਲੇ 'ਚ। ਦੇਖਣ ਵਾਲੀ ਗੱਲ ਇਹ ਹੈ ਕਿ ਅਦਾਲਤ ਨੇ ਫੈਸਲਾ ਕਿਉਂ ਰਾਖਵਾਂ ਰੱਖਿਆ ਜੀ। 14 ਤਾਰੀਖ ਨੂੰ ਅਦਾਲਤ ਪ੍ਰਸ਼ਾਂਤ ਭੂਸ਼ਣ ਨੂੰ ਦੋਸ਼ੀ ਕਰਾਰ ਦਿੰਦੀ ਹੈ ਕਿ ਇਹਨੇ ਜੱਜ ਸਹਿਬਾਨ ਦੀ ਹੱਤਕ ਕੀਤੀ, ਅਦਾਲਤਾਂ ਦੀ ਹੱਤਕ ਕੀਤੀ, ਇਹ ਦੋਸ਼ੀ ਹੈ ਜੀ। ਫਿਰ ਅਦਾਲਤ ਕਹਿੰਦੀ ਹੈ ਕਿ 20 ਤਾਰੀਖ ਨੂੰ ਅਸੀਂ ਫੈਸਲਾ ਸੁਣਾਵਾਂਗੇ ਸਜ਼ਾ ਦਾ, ਕਿ ਇਹਨੂੰ ਸਜ਼ਾ ਕੀ ਦੇਣੀ ਹੈ, ਕਿੰਨੀ ਦੇਣੀ ਹੈ, ਤੇ ਉਹ 20 ਤਾਰੀਖ ਨੂੰ ਫਿਰ ਆ ਗਿਆ ਜੀ। ਉਹਨੂੰ ਕਿਹਾ ਕਿ ਤੂੰ ਮਾਫ਼ੀ ਮੰਗ ਲਾ। ਉਹ ਕਹਿੰਦਾ ਜੀ ਮੈਂ ਮਾਫ਼ੀ ਨਹੀਂ ਮੰਗ ਸਕਦਾ, ਮਾਫ਼ੀ ਮੰਗਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ, ਜੋ ਗੱਲ ਕਹੀ ਹੈ ਮੈਂ ਆਪਣੀ ਮਰਜ਼ੀ ਨਾਲ ਕਹੀ ਹੈ, ਆਪਣੇ ਮਨ ਨਾਲ ਕਹੀ ਹੈ, ਮੈਂ ਜੁਡੀਸ਼ਰੀ ਨੂੰ ਅਪਲਿਫਟ ਹੋਇਆ ਦੇਖਣਾ ਚਾਹੁੰਦਾ ਜੀ, ਜੁਡੀਸ਼ਰੀ ਦਾ ਵਕਾਰ ਥੱਲੇ ਜਾ ਰਿਹਾ, ਇਸ ਕਰਕੇ ਮੈਂ ਮਾਫ਼ੀ ਕਿਉਂ ਮੰਗਾਂ, ਮਾਫ਼ੀ ਮੰਗਾਂ, ਹਾਂ ਹਾਂ, ਮੇਰੀ ਕਿਤੋਂ ਗਲਤੀ ਨਹੀਂ ਹੈ। ਫਿਰ ਉਹਨੂੰ ਕਹਿੰਦੇ ਤੈਨੂੰ ਸਮਾਂ ਦੇ ਦਿੰਦੇ ਹੈ ਤੇ ਤੂੰ ਏਦਾਂ ਕਰ ਵੀ ਸੋਚ ਲਾ ਜੀ। ਉਹ ਕਹਿੰਦਾ ਜੀ ਸਮਾਂ ਕਿਉਂ ਐਵੇਂ ਬਰਬਾਦ ਕਰਦੇ ਹੋ ਅਦਾਲਤ ਦਾ, ਮੈਂ ਅਦਾਲਤ ਦਾ ਸਮਾਂ ਬਰਬਾਦ ਨਹੀਂ ਕਰਨਾ ਚਾਹੁੰਦਾ, ਫਰਕ ਕੋਈ ਨਹੀਂ ਪੈਣਾ ਜੀ, ਬਸ ਇੰਨੀ ਗੱਲ ਹੈ ਕਿ ਤੁਹਾਡਾ ਸਮਾਂ ਬਰਬਾਦ ਹੋਊਗਾ, ਤੁਸੀਂ ਜਿਹੜੀ ਸਜ਼ਾ ਦੇਣੀ ਹੈ ਦੇ ਦਿਓ। ਜਿਹੜੇ ਸਾਡੇ ਅਟਾਰਨੀ ਜਨਰਲ ਹੈ ਕੇ ਵੇਨੂ ਗੋਪਾਲ ਜੀ, ਇੱਥੇ ਜ਼ਿਕਰਯੋਗ ਹੈ ਕਿ ਇੱਕ ਵਾਰੀ ਕੇ ਵੇਨੂ ਗੋਪਾਲ ਨੇ ਵੀ ਪ੍ਰਸ਼ਾਂਤ ਭੂਸ਼ਣ ਦੇ ਖਿਲਾਫ਼ ਕੰਟੈਂਪਟ ਆਫ ਕੋਰਟ ਦਾ ਕੇਸ ਪਾਇਆ ਸੀ, ਉਹ ਉਹਨਾਂ ਦਾ ਐਮੀਕੇਬਲੀ ਡਿਸਾਈਡ ਹੋ ਗਿਆ ਸੀ ਜੀ। ਉਸੇ ਕੇ ਵੇਨੂ ਗੋਪਾਲ ਨੇ ਇਹ ਗੱਲ ਕਹੀ ਮਾਨਯੋਗ ਜੱਜ ਸਾਹਿਬਾਨ ਨੂੰ ਕਿ ਸ਼੍ਰੀਮਾਨ ਮੈਂ ਇਸ ਬੰਦੇ ਨੂੰ 30 ਸਾਲਾਂ ਤੋਂ ਜਾਣਦਾ ਜੀ, ਇਹ ਲਕੀਰ ਦਾ ਫਕੀਰ ਹੈ, ਜਿਹੜੀ ਗੱਲ ਇਹਨੇ ਕਹਿ ਦਿੱਤੀ ਇਹਨੇ ਪਛਾਣ ਨਹੀਂ ਹਟਣਾ, ਇਹ ਮਾਮਲਾ ਕਾਹਨੂੰ ਮੈਂ ਵਧਾਉਣੇ ਇਹਨੂੰ ਨਿਪਟਾ ਦੇ ਜੀ। ਪਰ ਮਾਨਯੋਗ ਜੱਜ ਸਾਹਿਬਾਨ ਨੇ ਕਹਿਤਾ 24 ਤਾਰੀਖ ਤੱਕ ਜਵਾਬ ਦੇ ਦੀ, 25 ਤਾਰੀਖ ਨੂੰ ਫਿਰ ਅਸੀਂ ਨਹੀਂ, ਜੇ ਤੂੰ ਜਵਾਬ ਨਾ ਦਿੱਤਾ ਤੈਨੂੰ ਸਜ਼ਾ ਸੁਣਾਵਾਂਗੇ। ਅੱਛਾ ਜੀ। ਉਹ ਕਹਿੰਦਾ ਜੀ ਕੋਈ ਗੱਲ ਨੀ, ਉਹਨੇ 24 ਤਾਰੀਖ ਨੂੰ ਫਿਰ ਜਵਾਬ ਦਿੱਤਾ ਜੀ। 24 ਤਾਰੀਖ ਨੂੰ ਜਿਹੜਾ ਉਹਨੇ ਇੱਕ ਨਵਾਂ ਐਫੀਡੈਵਿਟ ਦਿੱਤਾ ਜਾਂ ਜਿਹੜਾ ਨਵਾਂ ਜਵਾਬ ਦਿੱਤਾ ਲਿਖਤੀ ਤੌਰ ਦੇ ਉੱਤੇ, ਉਹ ਕਹਿੰਦਾ ਜੋ ਕੁਛ ਮੈਂ ਕੀਤਾ ਉਹ ਆਪਣੀ ਅੰਤਰ ਆਤਮਾ ਦੇ ਕਹਿਣ ਤੇ ਕੀਤਾ ਜੀ ਜੀ, ਕਿਉਂਕਿ ਮੇਰੀ ਅੰਤਰ ਆਤਮਾ, ਮੇਰੀ ਕੌਂਸ਼ੀਅਸ, ਮੇਰੀ ਜ਼ਮੀਰ ਮੈਨੂੰ ਇਹ ਗੱਲ ਕਹਿੰਦੀ ਹੈ ਕਿ ਹਿੰਦੁਸਤਾਨ ਦੀ ਜੁਡੀਸ਼ਰੀ ਦਾ ਵੇੜਾ ਗਰਕ ਹੋ ਰਿਹਾ ਜੀ, ਇਹਨੂੰ ਅਪਲਿਫਟ ਕਰਨਾ ਬਹੁਤ ਜ਼ਰੂਰੀ ਹੈ, ਜੇ ਜੁਡੀਸ਼ਰੀ ਦਾ ਵਕਾਰ ਬਰਕਰਾਰ ਨਾ ਰਿਹਾ ਜੀ ਤਾਂ ਭਾਰਤ ਦੇ ਲੋਕਤੰਤਰ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਜਾਣਾ, ਪਹਿਲਾਂ ਹੀ ਹੋ ਰਿਹਾ। ਇਸ ਕਰਕੇ ਜੀ ਉਹ ਕਹਿੰਦਾ ਵੀ ਜਿਹੜੀ ਗੱਲ ਮੈਂ ਆਪਣੀ ਜ਼ਮੀਰ ਦੇ ਕਹੇ ਤੇ ਕਹੀ ਹੋਈ ਹੈ, ਮੈਂ ਆਪਣੀ ਕੌਂਸ਼ੀਅਸ ਦੇ ਕਹੇ ਤੇ ਕਹੀ ਹੋਈ ਹੈ, ਹੁਣ ਜੇ ਮੈਂ ਉਹਦੀ ਮਾਫ਼ੀ ਮੰਗਦਾ ਤੇ ਫਿਰ ਤਾਂ ਮੈਂ ਆਪ ਡਿੱਗ ਪਿਆ, ਫਿਰ ਮੈਂ ਉਹ ਤੋਂ ਵੱਡਾ ਗੁਨਾਹਗਾਰ ਬਣਦਾ। ਹਾਂ ਹਾਂ, ਮੈਂ ਸਾਰੀ ਗੱਲ ਉਠਾ ਕੇ ਤੇ ਉਹ ਤੋਂ ਬਾਅਦ ਕਹਿ ਕਹਿ ਕੇ ਮੈਂ ਸੱਚੀ ਗੱਲ ਕਹਿ ਦਿੱਤੀ ਸੀ, ਪਰ ਮੈਨੂੰ ਕੈਦ ਤੋਂ ਡਰ ਲੱਗਦੀ ਹੈ ਤੇ ਮੈਂ ਮਾਫ਼ੀ ਮੰਗ ਲਈ, ਸਕਦਾ ਜੋ ਮਰਜ਼ੀ ਆ ਕਰਦਾ। ਕੱਲ ਜੀ ਫਿਰ ਅਦਾਲਤ ਦੁਬਾਰਾ ਜੁੜ ਗਈ ਜੀ, ਬਹੁਤ ਲੰਬਾ ਸਮਾਂ ਅਦਾਲਤ ਨੇ ਦਿੱਤੇ ਵਿਚਾਰ ਵਟਾਂਦਰਾ ਕੀਤਾ ਜੀ। ਕੇ ਵੇਨੂ ਗੋਪਾਲ ਨੂੰ ਫਿਰ ਅਦਾਲਤ ਕਹਿੰਦੀ ਹੈ ਅਟਾਰਨੀ ਜਨਰਲ ਨੂੰ ਕਿ ਤੁਸੀਂ ਦੱਸੋ ਜੀ ਇਹਨੂੰ ਸਜ਼ਾ ਕੀ ਦੇ। ਉਹ ਕਹਿੰਦਾ ਜੀ ਸਜ਼ਾ ਕੀ ਦੇਣੀ ਹੈ, ਵਾਰਨਿੰਗ ਦੇ ਦਿਓ ਜੀ, ਜੇ ਵਾਰਨਿੰਗ ਨਹੀਂ ਦੇਣੀ ਲਿਖ ਦਿਓ ਕਿ ਅਗਾਂਹ ਵਾਸਤੇ ਅਜਿਹਾ ਨਾ ਕਰੇ। ਇੱਕ ਜੱਜ ਸਾਹਿਬਾਨ ਕਹਿੰਦੇ ਵੀ ਤੂੰ ਕਹਿੰਦਾ ਵਾਰਨਿੰਗ ਦੇ ਦਿਓ, ਉਹ ਤਾਂ ਮਾਫ਼ੀ ਮੰਗਣ ਨੂੰ ਤਿਆਰ ਨਹੀਂ ਜੀ, ਉਹਨੇ ਫਿਰ ਕਹਿਤਾ ਜੀ ਉਹਨੇ ਮਾਫ਼ੀ ਮੰਗਣੀ ਨਹੀਂ ਜੀ। ਉਹ ਤੋਂ ਬਾਅਦ ਫਿਰ ਉਹਦੇ ਆਪਣੇ ਵਕੀਲ ਨੂੰ ਡਾਕਟਰ ਰਾਜੀਵ ਧਵਨ ਨੂੰ ਅਦਾਲਤ ਪੁੱਛਦੀ ਹੈ ਤੁਸੀਂ ਦੱਸੋ ਜੀ ਫਿਰ ਕੀ ਕਰੀਏ, ਕੀ ਸਜ਼ਾ ਦੇਗੀ। ਉਹ ਕਹਿੰਦਾ ਜੀ ਸਜ਼ਾ ਬਣਦੀ ਕੋਈ ਨੀ, ਬਣਦੀ ਕੋਈ ਨੀ, ਆਹ ਤੁਸੀਂ ਦੱਸੋ ਵੀ ਜਿਹੜੀ ਗੱਲ ਉਹਨੇ ਕਹੀ ਹੈ ਉਹ ਗੱਲ ਠੀਕ ਕਹੀ ਹੈ। ਉਹਨੇ ਇੱਕ ਪੁਰਾਣਾ ਫੈਸਲਾ ਕੱਢ ਕੇ ਦਿਖਾਇਆ ਜੀ, ਉਹ ਕਹਿੰਦਾ ਜੀ ਆਹ ਦੇਖੋ ਮੇਰਾ ਪੁਰਾਣਾ ਫੈਸਲਾ, ਇਹ ਫੈਸਲਾ ਮੇਰਾ ਨੀ, ਇਹ ਵੀ ਜਿਹੜਾ ਹੈਗਾ ਕਲਕੱਤਾ ਹਾਈ ਕੋਰਟ ਦਾ, ਕਲਕੱਤਾ ਹਾਈ ਕੋਰਟ ਦਾ, ਕਲਕੱਤਾ ਹਾਈ ਕੋਰਟ ਨੇ ਵੀ ਇਹੀ ਗੱਲ ਕਹੀ ਸੀ ਜਿਹੜੀ ਉਹਦੇ ਖਿਲਾਫ਼ ਦਿੱਤੀ ਸੀ ਆਪਣੇ ਬੀਬੀ ਦੇ ਮਮਤਾ ਬੈਨਰਜੀ ਦੇ ਜੀ, ਮਮਤਾ ਬੈਨਰਜੀ ਨੇ ਵੀ ਕੋਈ ਅਜਿਹੀ ਗੱਲ ਕਹੀ ਸੀ, ਲੇਕਿਨ ਉਹਨਾਂ ਨੇ ਵੀ ਮਤਲਬ ਕਲਕੱਤਾ ਹਾਈ ਕੋਰਟ ਨੇ ਵੀ ਕੇਸ ਨਹੀਂ ਸੀ ਚਲਾਇਆ, ਮਮਤਾ ਬੈਨਰਜੀ ਦੇ ਖਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜੀ। ਜਿਹੜੇ ਅਟਾਰਨੀ ਜਨਰਲ ਹੈ, ਅਟਾਰਨੀ ਜਨਰਲ ਨੇ ਵੀ ਕਹਿ ਦਿੱਤਾ ਜੀ ਇੱਕ ਤੋਂ ਵੱਧ ਵਾਰੀ ਜੱਜ ਸਾਹਿਬਾਨ ਵੀ ਇਹ ਗੱਲ ਕਹਿ ਚੁੱਕੇ ਹੈ ਜੀ, ਜੱਜ ਸਾਹਿਬਾਨਾਂ ਨੇ ਜਿਹੜੇ ਸੁਪਰੀਮ ਕੋਰਟ ਦੇ ਜੱਜ ਸਾਹਿਬਾਨ ਆ ਉਹ ਕਹਿ ਚੁੱਕੇ ਆ ਕਿ ਭਾਰਤ ਦੀ ਜਿਹੜੀ ਜੁਡੀਸ਼ਰੀ ਹੈ ਇਹਦੇ ਚ ਭ੍ਰਿਸ਼ਟਾਚਾਰ ਫੈਲਿਆ ਜੀ। ਮੋਰਓਵਰ ਪ੍ਰਸ਼ਾਂਤ ਭੂਸ਼ਣ ਨੇ ਕਿਸੇ ਜੱਜ ਦਾ ਨਾਂ ਲੈ ਕੇ ਇਹ ਨਹੀਂ ਕਿਹਾ ਕਿ ਫਲਾਨੇ ਜੱਜ ਨੇ ਪੈਸੇ ਲੈ ਲਏ, ਉਹਨੇ ਪਰਸੈਪਸ਼ਨ ਦੀ ਗੱਲ ਕੀਤੀ ਹੈ ਕਿ ਹਾਲਾਤ ਇਸ ਕਿਸਮ ਦੇ ਬਣ ਗਏ ਜੀ ਜੀ, ਇਹਦੇ ਤੋਂ ਮਤਲਬ ਜਿਹਦੇ ਵਿੱਚੋਂ ਸਮੈਲੇ ਆਉਂਦੀ ਹੈ ਕਿ ਜਦੋਂ ਜੱਜ ਜਿਹੜੇ ਹੈਗੇ ਆ ਉਹ ਵੱਡੀਆਂ ਪੋਸਟਾਂ ਲੈਣੀਆਂ ਸ਼ੁਰੂ ਕਰ ਦੇਣ, ਜੱਜ ਜਦੋਂ ਜੱਜ ਪਲੱਸ ਸਿਕਿਉਰਿਟੀ ਲੈਣੀ ਸ਼ੁਰੂ ਕਰ ਦੇਣ ਜੀ, ਇਹ ਜਾਂ ਕਿਸੇ ਕਿਸਮ ਦੀਆਂ ਹੋਰ ਰਿਆਇਤਾਂ ਲੈਣੀਆਂ ਸ਼ੁਰੂ
ਕਰਦੇ ਹਨ ਧੀਆਂ ਭੈਣਾਂ ਵਾਸਤੇ ਵੱਡੀਆਂ ਪੋਸਟਾਂ ਕੰਸਟੀਟਿਊਸ਼ਨਲ ਪੋਸਟਾਂ ਲੈਣੀਆਂ ਸ਼ੁਰੂ ਕਰ ਦਿੰਦੇ ਨੇ, ਕੀ ਕਹਾਂਗੇ? ਬਿਲਕੁਲ ਸਹੀ ਗੱਲ ਹੈ ਜੀ, ਇਹ ਨਹੀਂ ਕਹਿ ਜੀ ਇਹ ਸਾਰੀਆਂ ਗੱਲਾਂ ਹੈਗੀਆਂ, ਮੈਂ ਨੀ ਇਹ ਗੱਲ ਕਰਦਾ। ਲਓ ਜੀ ਅਦਾਲਤ ਕਹਿੰਦੀ ਚੰਗਾ ਤੈਨੂੰ 30 ਮਿੰਟ ਦਿੱਤੇ, ਸੋਚ ਲਾ, ਤੂੰ 30 ਮਿੰਟ ਸੋਚ ਲਾ ਫਿਰ ਫੈਸਲਾ ਕਰ ਲਾ, ਫਿਰ ਮਾਫ਼ੀ ਮੰਗ ਰਹੀ। ਮੈਨੂੰ ਇੱਥੇ ਹਾਸੀ ਵੀ ਆਉਂਦੀ ਹੈ ਤੇ ਤਰਸ ਵੀ ਆਉਂਦਾ ਸਾਡੇ ਦੇਸ਼ ਦੇ ਜੁਡੀਸ਼ੀਅਲ ਸਿਸਟਮ ਦੇ ਉੱਤੇ। ਜੀ ਆਮ ਤੌਰ ਦੇ ਉੱਤੇ ਹੁੰਦੀ ਹੈ ਜਦੋਂ ਕੋਈ ਫਰਿਆਦੀ ਹੁੰਦਾ ਨਾ ਜਿਹੜਾ ਦੁਖੀ ਬੰਦਾ ਹੁੰਦਾ, ਜੀ ਉਹ ਅਦਾਲਤ ਦੇ ਸਾਹਮਣੇ ਜਾਂਦਾ ਜਾ ਕੇ ਉਹ ਬੰਦਾ ਲੇਲੜੀਆਂ ਕੱਢਦਾ, ਹੱਥ ਬੰਨਦਾ ਕਿ ਬੱਚਿਆਂ ਵਾਲਿਆ ਮੈਨੂੰ ਇਨਸਾਫ ਚਾਹੀਦਾ, ਜੀ ਮੈਂ ਤੁਹਾਡੇ ਕੋਲ ਫਰਿਆਦ ਕਰਦਾ ਜੀ ਮੈਨੂੰ ਤੁਸੀਂ ਆਹ ਇਨਸਾਫ ਦੇ ਦਿਓ, ਬੱਚਿਆਂ ਵਾਲਿਆਂ ਨੇ ਦੇਖਣਾ ਵੀ ਇਨਸਾਫ ਦੇਣਾ ਕਿ ਨਹੀਂ ਦੇਣਾ, ਨਹੀਂ ਦੇਣਾ ਬੱਚਿਆਂ ਨੇ। ਆਹ ਮੈਂ ਭਾਰਤ ਦੇ ਇਤਿਹਾਸ ਵਿੱਚ ਪਹਿਲੀ ਵਾਰ ਦੇਖਿਆ ਕਿ ਜਿਹੜੀ ਇਹ ਸੁਪਰੀਮ ਕੋਰਟ ਫਰਿਆਦ ਕਰ ਰਹੀ ਹੈ ਪ੍ਰਸ਼ਾਂਤ ਭੂਸ਼ਣ ਜੀ ਮਾਫ਼ੀ ਮੰਗ ਲਓ, ਮਾਫ਼ੀ ਮੰਗ ਲਓ ਪ੍ਰਸ਼ਾਂਤ ਭੂਸ਼ਣ ਜੀ, ਮਾਫ਼ੀ ਮੰਗ ਲਓ, ਇਹਦਾ ਕੋਨਾ ਮੰਗੂ, ਕੋਨਾ ਮੰਗ, ਮੈਨੂੰ ਕੈਦ ਕਰ ਦਿਓ। ਹੁਣ ਪ੍ਰਸ਼ਾਂਤ ਭੂਸ਼ਣ ਦੇ ਕੇਸ ਇੱਕ ਨੀ ਦੋ ਸੀ, ਇੱਕ 2009 ਦਾ ਜਿਹੜਾ ਕੰਟੈਂਪਟ ਦਾ ਕੇਸ ਹੋਰ ਚੱਲਦਾ ਸੀ ਉਹ ਵੀ ਚੱਕ ਲਿਆ, ਉਹਦੇ ਵਿੱਚ ਉਹਨੇ ਕਿਹਾ ਸੀ ਕਿ 16 ਜੱਜਾਂ ਦੇ ਵਿੱਚੋਂ ਜਿਹੜੇ 8 ਜੱਜ ਹੈਗੇ ਆ ਉਹ ਕਰਪਟ ਹੈ, ਉਹ ਭ੍ਰਿਸ਼ਟਾਚਾਰ ਚ ਗਿਲਤਾਨ ਹੈ, ਉਹ ਚੱਕ ਲਿਆ ਸੀ, ਉਹਨੂੰ ਵੀ ਲਾ ਦਿੱਤਾ। ਉਹਨੇ ਫਿਰ ਕਿਹਾ ਜੀ ਇਹ ਤਾਂ ਗੱਲ ਗਲਤ ਹੈ, ਉਹਦੇ ਵਿੱਚ ਕੁਝ ਕੰਸਟੀਟਿਊਸ਼ਨਲ ਮਾਮਲੇ, ਕੁਝ ਵਿਧਾਨਕ ਮਾਮਲੇ ਉਠਾ ਦਿੱਤੇ ਜੀ, ਔਰ ਉਹ ਵੀ ਇਸੇ ਬੈਂਚ ਕੋਲੇ ਸੀ। ਇਸ ਬੈਂਚ ਨੇ ਪਹਿਲਾਂ ਕਹਿਤਾ ਕਿ ਲਓ ਜੀ ਕਿਉਂਕਿ 2 ਸਤੰਬਰ ਨੂੰ ਰਿਟਾਇਰ ਹੋ ਜਾਣਾ ਹੈ ਬੈਂਚ ਦੇ ਮੁਖੀ ਨੇ ਜੱਜ ਅਰੁਣ ਮਿਸ਼ਰਾ ਨੇ ਜੀ, ਇਸ ਲਈ ਮਤਲਬ ਜਿਹੜਾ ਹੈਗਾ ਇਹ ਅਸੀਂ ਇਹਦੀ ਹੁਣ ਸੁਣਵਾਈ ਨਹੀਂ ਕਰਾਂਗੇ, ਅਗਲਾ ਜੱਜ ਜਿਹੜਾ ਬੈਂਚ ਬਣਾਵੇ, ਚੀਫ ਜੱਜ ਨੂੰ ਇਹ ਕਹਿਤਾ ਤੁਸੀਂ ਬੈਂਚ ਬਣਾਓ, ਉਧਰੋਂ ਦਾ ਖੜਾ ਚੜਾ ਲਿਆ। ਹਾਂਜੀ, ਹੁਣ ਜਦੋਂ ਇੱਥੇ ਆ ਗਏ, ਇੱਥੇ ਆ ਕੇ ਫਿਰ ਇੱਕ ਤਰਲਾ ਮਾਰਿਆ, ਕਹਿੰਦੇ ਦੇਖੋ ਜੀ ਜਦੋਂ ਜੱਜਾਂ ਨੂੰ ਦੇ ਉੱਤੇ ਇਲਜ਼ਾਮ ਲੱਗਦਾ ਨਾ ਭ੍ਰਿਸ਼ਟਾਚਾਰ ਦਾ, ਫਿਰ ਘਰੇ ਨਾ ਬੱਚਿਆਂ ਨੂੰ ਬਹੁਤ ਜਿਹੜੀ ਹੈ ਪਰੇਸ਼ਾਨੀ ਕਰਨਾ ਪੈਂਦਾ। ਨਾਲ ਅਗਲੀ ਗੱਲ ਕਹਿ ਦਿੱਤੀ ਜੀ ਜੱਜਾਂ ਦੇ ਕੋਲੇ ਤਾਂ ਕਹਿੰਦੇ ਕੋਈ ਸਾਧਨ ਹੀ ਹੈ ਨੀ, ਜੱਜ ਤਾਂ ਮੀਡੀਆ ਕੋਲੇ ਜਾ ਕੇ ਨੀ ਕਹਿ ਸਕਦੇ ਕਿ ਜੀ ਸਾਡੇ ਨਾਲ ਬੇਇਨਸਾਫੀ ਹੋਈ ਹੈ। ਮੈਂ ਕਹਿੰਦਾ ਜੱਜ ਕਹਿ ਸਕਦੇ, ਜੱਜ ਕਹਿ ਰਹੇ ਹੈ, ਕਹਿ ਵੀ ਰਹੇ ਹੈ ਬਿਲਕੁਲ। ਇਹ ਅਸੀਂ ਦੇਖੀਏ ਰੰਜਨ ਗੋਗੋਈ ਨੇ ਜਦੋਂ ਇਹਦੇ ਤੇ ਇੱਕ ਔਰਤ ਨੇ ਇਲਜ਼ਾਮ ਲਾਏ ਸੀ ਸੈਕਸੁਅਲ ਹਰਾਸਮੈਂਟ ਦੇ, ਤੇ ਉਦੋਂ ਰੰਜਨ ਗੋਗੋਈ ਨੇ ਸ਼ਨੀਵਾਰ ਦੇ ਦਿਨ ਅਦਾਲਤ ਖੋਲੀ ਆ ਕੇ, ਅਦਾਲਤ ਖੋਲ ਕੇ ਰੰਜਨ ਗੋਗੋਈ ਨੇ ਉਹਦੀ ਸੁਣਵਾਈ ਕਰਵਾਈ, ਨਾਲ 2 ਜੱਜ ਹੋਰ ਬਹਾਏ ਜੀ, ਲੇਕਿਨ ਲਾਸਟ ਦੇ ਉੱਤੇ ਜਿਹੜਾ ਹੈਗਾ ਰੰਜਨ ਗੋਗੋਈ ਨੇ ਦਸਖਤ ਨਹੀਂ ਕੀਤੇ, ਜਿਹੜਾ ਫੈਸਲਾ ਹੋਇਆ ਦੂਜਾ ਜੱਜਾਂ ਦਾ ਕਰਵਾਤਾ। ਰੰਜਨ ਗੋਗੋਈ ਨੇ ਮੀਡੀਆ ਨੂੰ ਓਪਨ ਸੱਦਾ ਦਿੱਤਾ ਕਿ ਆਓ ਤੁਸੀਂ ਸੁਣੋ, ਉੱਥੇ ਜੱਜ ਰੰਜਨ ਗੋਗੋਈ ਕਹਿੰਦਾ ਕਿ ਮੈਥੋਂ ਇਮਾਨਦਾਰ ਬੰਦਾ ਕੋਈ ਨਹੀਂ ਹੈ, ਉਹ ਗੱਲ ਕਹਿੰਦਾ ਕਿ ਮੇਰੇ ਨਾਲੋਂ ਮੇਰੇ ਜਿਹੜਾ ਚਪੜਾਸੀ ਹੈ ਉਹਦਾ ਬੈਲੈਂਸ ਵੱਧ ਹੈ ਜੀ। ਇਹ ਜੇ ਤੁਸੀਂ ਮੀਡੀਆ ਨੂੰ ਇਹ ਓਪਨ ਕੋਰਟ ਦੇ ਵਿੱਚ ਮੀਡੀਆ ਨੂੰ ਬੁਲਾਉਣੇ ਸਾਰੀ ਗੱਲ ਕੀਤੀ ਤੇ ਲਾਈਵ ਚੱਲ ਰਹੀ ਹੈ ਮੀਡੀਆ ਦੇ ਉੱਤੇ, ਤੇ ਇਦੋਂ ਬਾਅਦ ਤੁਸੀਂ ਮੀਡੀਆ ਨੂੰ ਹੋਰ ਕੀ ਕਰ ਸਕਦੇ ਹੋ? ਸੋ ਹੁਣ ਕੁੱਲ ਮਿਲਾ ਕੇ ਗੱਲ ਹੈ, ਕਹਿੰਦੇ ਜੀ ਫੈਸਲਾ ਰਿਜ਼ਰਵ ਹੈ ਫਿਰ ਵੇਖਾਂਗੇ, ਪਰ ਮੈਨੂੰ ਲੱਗਦੀ ਹੈ ਵੀ ਰਿਜ਼ਰਵ ਨਹੀਂ, ਇੱਥੇ ਤਾਂ ਇਹ ਹੈ ਕਿ ਜਿਹੜੀ ਦੋਸ਼ੀ ਉਹਨੂੰ ਦੋਸ਼ੀ ਬਣਾ ਕੇ ਕਟਹਿਰੇ 'ਚ ਉਹਨੂੰ ਖੜਾ ਕਰਦੇ ਸੀ ਤੇ ਜੁਡੀਸ਼ਰੀ ਆਪ ਕਟਹਿਰੇ 'ਚ ਖੜਾ ਹੋ ਗਈ ਹੈ ਪ੍ਰਸ਼ਾਂਤ ਭੂਸ਼ਣ ਦੇ ਮਾਮਲੇ। ਚਲੋ ਮੈਂ ਕਹਿੰਦਾ ਇਸ ਮਾਮਲੇ ਦੇ ਵਿੱਚ ਸ਼ਾਇਦ ਜੁਡੀਸ਼ਰੀ ਦੀ ਜ਼ਮੀਰ ਜਾਗ ਪਏ, ਦੇਖੋ ਜੇ ਜਾਗ ਪਏ ਤਾਂ ਵਾਹ ਭੱਲੀ, ਦੇਸ਼ ਬਾਜੂ, ਖੁਸ਼ਾਮਦੀਦ ਕਵਾਂਗੇ ਜੀ। ਨਹੀਂ ਦੇਖੋ ਹੋਰ ਹੈ ਜੁਡੀਸ਼ਰੀ ਦੇ ਉੱਤੇ ਹੋ ਰਿਹਾ, ਕੱਲ ਜਿਹੜੀ ਹੈਗੀ ਹੈ ਤੁਹਾਡੀ ਇੱਕ ਬੀਬੀ ਹੈ ਸ਼ਾਇਦ ਨਾਮ ਉਹਨਾਂ ਦਾ ਗੁਰਮੋਹਨ ਕੌਰ ਹੈ, CDM ਹੈ ਦਿੱਲੀ ਦੇ ਵਿੱਚ, ਤਬਲੀਗੀਆਂ ਦੇ ਖਿਲਾਫ਼ ਜਿਹੜੇ ਮੁਕੱਦਮੇ ਬਣਾਏ ਸੀ, ਉਹਨੇ ਕੱਲ 8 ਤਬਲੀਗੀਆਂ ਨੂੰ ਜਿਹੜਾ ਹੈਗਾ ਬਰੀ ਕੀਤਾ, ਦੋਸ਼ ਮੁਕਤ ਕਰਾਰ ਦਿੱਤਾ, ਉਹਨੇ ਕਿਹਾ ਕਿ ਇਹਨਾਂ ਦੇ ਖਿਲਾਫ਼ ਤੁਸੀਂ ਕੋਈ ਸਬੂਤ ਹੀ ਨਹੀਂ ਪੇਸ਼ ਕਰ ਸਕੇ, ਇਹ ਤਬਲੀਗੀ ਵਿਦੇਸ਼ੀ ਤਬਲੀਗੀ ਹੈ, ਸਾਡੇ ਅਤਿਥੀ ਭਵੋ ਜੀ, ਅਤਿਥੀ ਭਵੋ ਦੀ ਸਾਡੇ ਮਤਲਬ ਜਿਹੜਾ ਕਿਹਾ ਜਾਂਦਾ ਕਿ ਮਹਿਮਾਨ ਦਾ ਤੁਸੀਂ ਸਵਾਗਤ ਕਰੋ ਜੀ, ਜੀ ਮਹਿਮਾਨ ਨੂੰ ਜੀ ਐ ਕਰੋ, ਬੰਦੇ ਵਿਦੇਸ਼ਾਂ ਚੋਂ ਆਏ ਆ, ਉਹਨਾਂ ਨੂੰ ਉਰਦੂ ਨਹੀਂ ਆਉਂਦਾ, ਉਹਨਾਂ ਨੂੰ ਹਿੰਦੀ ਨਹੀਂ ਆਉਂਦੀ, ਉਹਨਾਂ ਦੇ ਇਲਜ਼ਾਮ ਲਾਉਣੇ ਕਿ ਉਹ ਧਰਮ ਤਬਦੀਲ ਕਰਾਉਂਦੇ, ਉਹਨਾਂ ਦੇ ਇਲਜ਼ਾਮ ਲਾਉਣੇ ਕਿ ਉਹ ਕਰੋਨਾ ਫੈਲਾਉਣ ਵਾਸਤੇ ਆਏ, ਉਹ ਆਪਣੇ ਧਾਰਮਿਕ ਮਾਮਲੇ ਦੇ ਉੱਤੇ ਆਏ, ਤਬਲੀਗੀ ਮਰਕਜ਼ ਦੇ ਵਿੱਚ ਫਸੇ ਸੀ ਜੀ, ਅਨਪੜ੍ਹ ਤੁਸੀਂ ਮੁਕੱਦਮੇ ਬਣਾਈ ਜਾਣੇ, ਉਹ ਵੀ ਤਾਂ ਅਦਾਲਤ ਨੇ ਕੀਤਾ, ਇਹੀ ਗੱਲ ਆਪਾਂ ਪਹਿਲਾਂ ਕਰ ਚੁੱਕੇ ਹਾਂ, ਜਿਹੜੀ ਬੰਬੇ ਹਾਈ ਕੋਰਟ ਨੇ ਕੀਤਾ, ਉਹਨਾਂ ਦੇ ਇਲਾਵਾ ਔਰੰਗਾਬਾਦ ਬੈਂਚ ਨੇ, ਇਹ ਜਿਹੜੀ ਹੈਗੀ ਹੈ ਜ਼ਮੀਰ ਜਾਗ ਵੀ ਰਹੀ ਹੈ, ਐਡੀ ਗੱਲ ਨਹੀਂ ਹੈ ਕਿ ਜੁਡੀਸ਼ਰੀ ਸਾਰੀ ਦਾ ਬੇੜਾ ਗਰਕ ਹੋ ਗਿਆ, ਕੁਝ ਇੱਕ ਥਾਵਾਂ ਦੇ ਉੱਤੇ ਜਿੱਥੇ ਮਤਲਬ ਜਿਹੜਾ ਹੈਗਾ ਸਟੇਟ ਕੰਮ ਕਰਦੀ ਹੈ, ਸਟੇਟ ਜਿੱਥੇ ਕੰਮ ਕਰਦੀ ਹੈ ਕਿ ਇਹਨਾਂ ਇਹਨਾਂ ਜੱਜ ਸਾਹਿਬਾਨ ਜਿਹੜੇ ਹੈਗੇ ਆਪਦੇ ਜੱਜ ਸਾਹਿਬਾਨ ਬਣਾਓ, ਉਹਨਾਂ ਜੱਜ ਸਾਹਿਬਾਨ ਦੇ ਕੋਲ ਕੇਸ ਜਾਣ, ਉੱਥੇ ਜਾ ਕੇ ਥੋੜੀ ਬਹੁਤੀ ਗੜਬੜ ਹੁੰਦੀ ਹੈ, ਔਰ ਉਸ ਗੜਬੜ ਨੂੰ ਕੰਟਰੋਲ ਕਰਨ ਵਾਸਤੇ ਪ੍ਰਸ਼ਾਂਤ ਭੂਸ਼ਣ ਵਰਗੇ ਯੋਧੇ ਹੈਗੇ ਹੈ। ਜੇ ਪ੍ਰਸ਼ਾਂਤ ਭੂਸ਼ਣ ਇੱਕ ਖੜਾ ਹੋਇਆ, ਇਕੱਲਾ ਪ੍ਰਸ਼ਾਂਤ ਭੂਸ਼ਣ ਨਹੀਂ ਹੋਇਆ, ਤੁਸੀਂ ਗਲੀਆਂ ਬਾਜ਼ਾਰਾਂ ਦੇ ਵਿੱਚ ਹਰ ਇੱਕ ਪ੍ਰਸ਼ਾਂਤ ਭੂਸ਼ਣ ਬਣਿਆ ਫਿਰਦਾ, ਸੋਚਿਆ ਸੀ ਕਹਿੰਦੇ ਬਠਿੰਡੇ ਦੀਆਂ ਕਚਹਿਰੀਆਂ ਦੇ ਵਿੱਚ ਪ੍ਰਸ਼ਾਂਤ ਭੂਸ਼ਣ ਦੇ ਹੱਕ 'ਚ ਪ੍ਰਸ਼ਾਂਤ ਭੂਸ਼ਣ ਨੂੰ ਤਾਂ ਬਠਿੰਡੇ 'ਚ ਕੋਈ ਵਕੀਲ ਜਾਣਦਾ ਵੀ ਨਹੀਂ ਹੋਣਾ ਬਿਲਕੁਲ, ਪਰ ਬਠਿੰਡੇ ਦੇ ਵਕੀਲਾਂ ਨੇ ਵੀ ਚੱਕ ਕੇ ਮਾਟੋ ਚੱਕ ਕੇ ਸਾਹਮਣੇ ਆਏ ਆ ਜੀ, ਅਸੀਂ ਪ੍ਰਸ਼ਾਂਤ ਭੂਸ਼ਣ ਦੇ ਨਾਲ, ਵਿਦਿਆਰਥੀ ਕਹਿ ਰਹੇ ਅਸੀਂ ਪ੍ਰਸ਼ਾਂਤ ਭੂਸ਼ਣ ਦੇ ਨਾਲ ਹੈ, ਕਿਸਾਨ ਕਹਿ ਰਹੇ ਅਸੀਂ ਪ੍ਰਸ਼ਾਂਤ ਭੂਸ਼ਣ ਦੇ ਨਾਲ ਹੈ, ਬੁੱਧੀਜੀਵੀ ਕਹਿ ਰਹੇ ਅਸੀਂ ਪ੍ਰਸ਼ਾਂਤ ਭੂਸ਼ਣ ਦੇ ਨਾਲ ਹੈ, ਰਿਟਾਇਰਡ ਜੱਜ ਕਹਿ ਰਹੇ ਅਸੀਂ ਪ੍ਰਸ਼ਾਂਤ ਭੂਸ਼ਣ ਦੇ ਨਾਲ ਹੈ, 5000 ਵਕੀਲ ਲਿਖ ਕੇ ਦੇਈ ਜਾਂਦੇ ਆ, ਜੋ ਕੁਝ ਪ੍ਰਸ਼ਾਂਤ ਭੂਸ਼ਣ ਨੇ ਕਿਹਾ ਅਸੀਂ ਵੀ ਕਹਿੰਦੇ ਸਾਨੂੰ ਵੀ ਦਿਓ, ਉਹ ਮੈਂ ਹਾਂ ਪ੍ਰਸ਼ਾਂਤ ਭੂਸ਼ਣ।
ਨਹੀਂ ਨਹੀਂ ਇਹ ਕੋਈ ਛੋਟੀ ਗੱਲ ਥੋੜਾ ਹੀ ਹੈ, ਬਹੁਤ ਵੱਡੀ ਗੱਲ ਹੈ। ਜੇ ਪੰਗਾ ਲਿਆ, ਮੇਰਾ ਖਿਆਲ ਹੈ ਪੰਗਾ ਤਾਂ ਇਹਨਾਂ ਨੇ ਆਪਣੀ ਆਪ ਲੈ ਲਿਆ ਦਿੱਤਿਆ, ਵੀ ਦੇਸ਼ ਨੂੰ ਇੱਕ ਕਿਸਮ ਦੀ ਜਾਗ ਲੱਗ ਗਈ ਹੈ ਉਹਨਾਂ ਦੀ, ਜਿਹੜੀ ਹੈ ਜਾਗਰਤੀ ਹੈ, ਔਰ ਜਾਗਰਤੀ ਹੁਣ ਉੱਠ ਖੜੀ ਹੋਈ ਹੈ। ਜੀ ਜੀ, ਤੇ ਢਿੱਲੋਂ ਸਾਹਿਬ ਅਮੀਰ ਖਾਨ ਵੀ ਆਰਐਸਐਸ ਦੇ ਨਿਸ਼ਾਨੇ ਤੇ ਆ ਗਏ ਨੇ। ਦੇਖੋ ਗੱਲ ਇਹ ਹੈ ਵੀ ਆਰਐਸਐਸ ਦਾ ਕੰਮ ਇਹੋ ਜਿਹਾ ਕਿ ਜੇ ਕੋਈ ਬੰਦਾ ਕੁਛ ਕਰ ਲਏ, ਪਿਛਲੇ ਦਿਨਾਂ ਦੇ ਵਿੱਚ ਮੈਨੂੰ ਆਪਣੇ ਪੱਤਰਕਾਰ ਹੈ ਪਰਵਿੰਦਰਜੀਤ ਨੇ ਮੈਨੂੰ ਕੁਝ ਪੋਸਟਾਂ ਪਾ ਕੇ ਭੇਜੀਆਂ ਤੇ ਬਾਅਦ ਚ ਉਹਨੇ ਮੈਨੂੰ ਫੋਨ ਕੀਤਾ ਕਿ ਮੈਂ ਤੁਹਾਡੇ ਕੋਲ ਆ ਮਸਾਲਾ ਭੇਜਿਆ ਤੇ ਜਰਾ ਇਹ ਦੇਖੋ। ਠੀਕ, ਮੈਂ ਹੁਣ ਨਾਂ ਨੀ ਲਊਂਗਾ ਮੰਦਿਰ ਕਿਹੜਾ, ਕਿਸੇ ਮੰਦਿਰ ਦੇ ਵਿਹੜੇ ਦੇ ਵਿੱਚ ਮਤਲਬ ਮੁਸਲਮਾਨ ਭਰਾ ਇਕੱਠੇ ਹੋ ਗਏ, ਕੋਈ ਮਰਗ ਹੋਈ ਸੀ ਜੀ, ਉਹਨਾਂ ਨੇ ਸ਼ਾਇਦ ਪ੍ਰਬੰਧਕਾਂ ਨਾਲ ਗੱਲ ਕੀਤੀ ਹੋਵੇ, ਮਰਗ ਹੋਈ ਸੀ ਉਹਨਾਂ ਨੇ ਆਪਦਾ, ਜਿਹੜਾ ਰੱਬ ਰੱਬ ਕਰਨਾ ਸੀ, ਸ਼ਰਧਾਂਜਲੀ ਭੇਟ ਕਰਨੀ ਸੀ ਘਰ ਲਈ। ਉਹ ਤੋਂ ਬਾਅਦ ਇਹ ਗੱਲ ਬਣਾਤੀ, ਦੇਖੋ ਜੀ ਮੁਸਲਮਾਨ ਜਿਹੜੇ ਹੈਗੇ ਮੰਦਿਰ ਚ ਵੜ ਗਏ। ਦੱਸੋ ਲੈ, ਮੈਨੂੰ ਪਰਵਿੰਦਰਜੀਤ ਕਹਿੰਦਾ ਜੀ ਆਹ ਦੇਖੋ ਮੈਨੂੰ ਕਿਸੇ ਆਰਐਸਐਸ ਵਾਲੇ ਨੇ ਭੇਜਿਆ, ਤੁਹਾਡਾ ਇਹਦੇ ਬਾਰੇ ਕੀ ਵਿਚਾਰ ਹੈ? ਮੈਂ ਪਰਵਿੰਦਰਜੀਤ ਨੂੰ ਕਿਹਾ, ਮੈਂ ਕਿਹਾ ਵੀ ਕਾਕਾ ਤੂੰ ਯਾਦ ਕਰ ਕਿ ਜਦੋਂ ਬੰਗਲੌਰ ਦੇ ਵਿੱਚ ਹਿੰਸਾ ਫੁੱਟੀ ਹੈ ਜੀ, ਹਜ਼ਰਤ ਮੁਹੰਮਦ ਸਾਹਿਬ ਦੇ ਖਿਲਾਫ਼ ਪੁੱਠੀ ਪੋਸਟ ਪਾਈ ਇੱਕ ਕਾਂਗਰਸੀ ਵਿਧਾਇਕ ਦੇ ਰਿਸ਼ਤੇਦਾਰ ਨੇ ਜੀ, 3 ਦਿਨ ਪੁਲਿਸ ਨੇ ਮਾਮਲਾ ਨਹੀਂ ਮੁਕਾਇਆ, 3 ਦਿਨਾਂ ਦੇ ਵਿੱਚ ਉੱਥੇ ਘੈਂਸ ਘੈਂਸ ਹੁੰਦਿਆਂ ਗੱਲ ਇੱਥੋਂ ਤੱਕ ਵੱਧ ਗਈ ਕਿ ਉੱਥੇ ਜਿਹੜੀਆਂ ਹੈਗੀਆਂ ਹਿੰਸਾ ਵਾਇਲੈਂਸ ਹੋ ਗਈ ਜੀ, ਦੁਕਾਨਾਂ ਨੂੰ ਅੱਗਾਂ ਲੱਗਣੀਆਂ ਸ਼ੁਰੂ ਹੋ ਗਈਆਂ, ਥਾਣੇ 'ਚ ਅੱਗਾਂ ਲਾਤੀਆਂ, ਗੱਡੀਆਂ ਫੂਕਤੀਆਂ, MLA ਦੇ ਘਰ ਨੂੰ ਫੂਕਤਾ, ਬੁਰਾ ਹਾਲ ਬੈਂਕੇ ਦਿਹਾੜੇ ਜੀ, ਹਜ਼ਾਰਾਂ ਦੀ ਤਾਦਾਦ ਦੇ ਵਿੱਚ ਲੋਕ ਜਿਹੜੇ ਬਾਜ਼ਾਰਾਂ 'ਚ ਨਿਕਲ ਆਏ। ਉਸ ਵੇਲੇ ਉੱਥੇ ਹਨੂੰਮਾਨ ਦਾ ਇੱਕ ਮੰਦਿਰ ਸੀ ਜੀ, ਔਰ ਮੁਸਲਮਾਨ ਨੌਜਵਾਨਾਂ ਨੇ ਕਹਿ ਤਾ ਕਿ ਮੰਦਿਰ ਦਾ ਨੁਕਸਾਨ ਨਾ ਹੋ ਜਾਏ, ਧਾਰਮਿਕ ਸਥਾਨ ਹੈ, ਕਿਸੇ ਨੀ ਫਿਰਕੇ ਦਾ ਹੋਵੇ ਜੀ, ਇਹ ਰੱਬ ਦਾ ਘਰ ਹੈ। ਔਰ ਉਹਨਾਂ ਨੇ ਹਿਊਮਨ ਚੇਨ ਬਣਾ ਕੇ ਉੱਥੇ ਰੋਕਿਆ ਕਿ ਅਸੀਂ ਕਿਸੇ ਨੂੰ ਵੜਨ ਨਹੀਂ ਦੇਵਾਂ ਜੀ। ਸਿਆਣੇ ਬੰਦਿਆਂ ਦੀ ਜ਼ਮੀਰ ਜਾਗੀ ਜਦੋਂ ਉਹਨਾਂ ਨੇ ਦੇਖਿਆ ਕਿ ਮੁੰਡੇ ਆਹ ਕੰਮ ਕਰਦੇ ਆ, ਤੇ ਸਿਆਣੇ ਬੰਦੇ ਨੇ ਆ ਕੇ ਡਾਂਟਿਆ ਉਹਨਾਂ ਨੂੰ ਕਿ ਮੰਦਿਰ ਵੱਲ ਨਾ ਝਾਕਿਓ ਕੋਈ ਜੀ ਜੀ, ਹਾਲਾਂਕਿ ਮੰਦਿਰ ਬਿਲਕੁਲ MLA ਦੇ ਘਰ ਦੇ ਨਾਲ ਲੱਗਦਾ ਸੀ, ਉਹਨਾਂ ਨੇ ਮੰਦਿਰ ਬਚਾਇਆ। ਮੈਂ ਪਰਵਿੰਦਰਜੀਤ ਨੂੰ ਕਿਹਾ ਕਿ ਜਿਹੜੇ ਧਾਰਮਿਕ ਸਥਾਨ ਹੁੰਦੇ ਉਹ ਸਾਂਝੇ ਹੁੰਦੇ ਆ, ਮੰਦਿਰ ਹੋਵੇ, ਮਸਜਿਦ ਹੋਵੇ, ਗੁਰਦੁਆਰਾ ਹੋਵੇ, ਚਰਚ ਹੋਵੇ, ਜੋ ਵੀ ਹੋਵੇ ਜੀ, ਜੇ ਕਿਸੇ ਤੇ ਮੁਸੀਬਤ ਪਈ ਹੈ, ਸਾਡੇ ਕਮਿਊਨਿਟੀ ਹਾਲ ਵੀ ਇੱਕ ਕਿਸਮ ਦੇ, ਭਾਈਚਾਰਕ ਸਾਂਝ ਦੀਆਂ ਤੰਦਾਂ ਇੱਥੇ, ਜੇ ਕੋਈ ਬੰਦੇ ਦੇ ਕਿਸੇ ਦੇ ਕੋਈ ਵਰਗ ਹੋ ਗਈ, ਬੈਠਣ ਨੂੰ ਥਾਂ ਹੈ ਨੀ, ਉੱਥੇ 4 ਬੰਦਿਆਂ ਨੇ ਬੈਠ ਕੇ ਗੱਲ ਕਰ ਲਈ, ਗੱਲ ਮਾੜੀ ਹੈ ਜੀ ਜੀ। ਫਿਰ ਉਹ ਬੰਦਾ ਸਿਆਣਾ ਪਰਵਿੰਦਰਜੀਤ ਕਹਿੰਦਾ ਜੀ ਬਿਲਕੁਲ ਠੀਕ ਹੈ, ਮੈਂ ਤਾਂਹੀਓ ਤੁਹਾਨੂੰ ਭੇਜੀ ਕਿ ਗੜਬੜ ਹੈ। ਪ੍ਰੈਸ ਕਲੱਬ ਚਲਿਆ ਗਿਆ ਤੇ ਉੱਥੇ ਆਪਣੇ ਜਿਹੜੇ ਪੱਤਰਕਾਰ ਕਹਿੰਦੇ ਆ, ਦੇਖੋ ਜੀ ਆਹ ਦੇਖੋ ਮੁਸਲਮਾਨ ਮਸੀਤ ਵੜ ਗਏ, ਮੈਂ ਇਹਨਾਂ ਨੂੰ ਫਿਰ ਸਮਝਾਇਆ ਵੀ ਅੱਗ ਨਾ ਲਾਓ, ਆਪਣੀ ਡਿਊਟੀ ਅੱਗ ਬੁਝਾਉਣ ਵਾਲੀ ਹੈ ਜੀ, ਆਪਣੀ ਅੱਗ ਲਾਉਣ ਵਾਲੀ ਨੀ, ਅੱਗ ਨਾ ਲਾਈਏ। ਹੁਣ ਆਹੀ ਚੀਜ਼ ਅਮੀਰ ਖਾਨ ਦੇ ਮਾਮਲੇ 'ਚ ਹੋਈ ਹੈ। ਅਮੀਰ ਖਾਨ ਭਾਰਤ ਦਾ ਉਹ ਇੱਕ ਜਿਹੜਾ ਹੈਗਾ ਫਿਲਮੀ ਕਲਾਕਾਰ ਹੈ ਜਿਹਦੀਆਂ ਫਿਲਮਾਂ ਨੇ ਇੱਕ ਨਵੀਂ ਰੀਤ ਪਾਈ ਹੈ, ਅਲੱਗ ਤਰ੍ਹਾਂ ਦੀ ਫਿਲਮ ਹੁੰਦੀ ਹਮੇਸ਼ਾ, ਤੇ ਉਹਨੇ ਲਗਾਨ ਫਿਲਮ ਬਣਾਈ ਹੈ। ਲਗਾਨ ਤੁਹਾਨੂੰ ਪਤਾ ਮੁਨਸ਼ੀ ਪ੍ਰੇਮ ਚੰਦ ਦੀ ਕਹਾਣੀ ਹੈ ਜੀ, ਮੁਨਸ਼ੀ ਪ੍ਰੇਮ ਚੰਦ ਦੀ ਕਹਾਣੀ ਦੇ ਉੱਤੇ ਲਗਾਨ ਫਿਲਮ ਬਣਾਈ ਹੈ, ਤੇ ਲਗਾਨ ਫਿਲਮ ਸੰਸਾਰ ਪ੍ਰਸਿੱਧ ਹੋਈ ਹੈ ਜੀ। ਜੇ ਉਹਨੇ 1857 ਫਿਲਮ ਬਣਾਈ ਹੈ, ਉਹ ਵੀ ਆਪਣੇ ਆਪ ਦੇ ਵਿੱਚ ਇੱਕ ਬੜੀ ਮਿਆਰੀ ਫਿਲਮ ਹੈ, ਬੜੀਆਂ ਮਿਆਰੀ ਫਿਲਮਾਂ ਉਹਨੇ ਬਣਾਈਆਂ। ਪਿਛਲੇ ਸਮੇਂ ਦੇ ਵਿੱਚ ਜਦੋਂ ਕੋਰੋਨਾ ਵਾਲੀ ਵਾਇਲੈਂਸ ਫੁੱਟੀ ਹੈ, ਉਸ ਵੇਲੇ ਕੀ ਹੋਇਆ ਸੀ ਜੀ, ਉਸ ਵੇਲੇ ਜਿਹੜਾ ਅਮੀਰ ਖਾਨ ਨੇ ਲੋਕਾਂ ਨੂੰ ਕਹਿਤਾ ਲਓ ਜੀ ਇਹਨਾਂ ਨੂੰ ਵੱਡੋ ਭਾਈ, ਤੁਸੀਂ ਪੈਕਟ ਬਣ ਦਿਓ ਰਾਸ਼ਨ ਦੇ, ਉਹ ਰਾਸ਼ਨ ਦੇ ਵਿੱਚ ਨਾ ਪੂਰੀਆਂ ਸੀ, ਨਾ ਉਹਦੇ ਵਿੱਚ ਛੋਲੇ ਸੀ, ਨਾ ਉਹਦੇ ਵਿੱਚ ਪੱਕਿਆ ਹੋਇਆ ਕੋਈ ਖਾਣਾ ਸੀ, ਥੋੜਾ ਥੋੜਾ ਆਟਾ ਸੀ, ਕਿਲੋ ਕਿਲੋ ਦੋ ਦੋ ਕਿਲੋ ਆਟਾ, ਵਿੱਚ ਥੋੜੀ ਬਹੁਤੀ ਦਾਲ ਪਾਤੀ। ਕਈ ਕਹਿਣ ਵੀ ਇਹ ਤਾਂ ਮਜ਼ਾਕ ਕਰੀ ਜਾਂਦਾ, ਦਿੱਤਾ ਕੀ ਇਹ ਤੇ ਵਿੱਚ ਕੀ ਸੀ ਜੀ, ਹਰ ਪੈਕਟ ਦੇ ਵਿੱਚ 15-15 ਹਜ਼ਾਰ ਰੁਪਈਆ ਸੀ ਜੀ ਜੀ। ਇਹ ਛੋਟੀ ਗੱਲ ਨੀ ਹੈ ਕਿ ਜੇ ਬੰਦੇ ਕੋਲੇ ਕਿਸੇ ਕੋਲੇ 4 ਪੈਸੇ ਹੈਗੇ, ਅਮਿਤਾਬ ਬੱਚਨ ਕੋਲੇ ਬਹੁਤ ਪੈਸਾ, ਉਹਨਾਂ ਨੇ ਕਿਸੇ ਬੰਦੇ ਨੇ ਕਿਸੇ ਨੂੰ ਕੋਈ ਫੁੱਟੀ ਕੌਡੀ ਦਿੱਤੀ ਹੈ, ਕਿਸੇ ਗਰੀਬ ਬੰਦੇ ਨੂੰ ਵੀ ਆ ਦੇ ਦੇ। ਹੁਣ ਇਹ ਉਹਨੇ ਇੱਕ ਦਾਤ, ਉਹਦੇ ਨਾਲ ਤਾਂ ਸੋਨੂ ਸੂਦ ਹੀ ਆਪਣਾ ਮੋਗੇ ਵਾਲਾ ਤਕੜਾ ਵਗਿਆ, ਦੱਸੋ ਉਹ ਕਿੰਨਾ ਕੁ ਵੱਡਾ ਐਕਟਰ ਹੈ, ਦੱਸੋ ਵਿਚਾਰਾ, ਜੇ ਗੱਲ ਕਰੀਏ ਕਿੰਨਾ ਕੁ ਪੈਸੇ ਚ ਹੋਊਗਾ। ਨਹੀਂ ਉਹ ਪੈਸੇ ਚ ਨਹੀਂ ਹੋਊਗਾ, ਪਰ ਉਹਦੀ ਨੀਤ ਸਾਫ ਸੀ ਨਾ, ਨੀਤਾਂ ਹੀ ਹੁੰਦੀਆਂ ਨੇ ਨਾ ਢਿੱਲੋਂ ਸਾਹਿਬ। ਸੋਨੂ ਸੂਦ ਨੇ ਕੱਲਾ ਇਹ ਨਹੀਂ ਕਿ ਕੋਰੋਨਾ ਵੇਲੇ ਲੋਕਾਂ ਨੂੰ ਪੈਸਾ ਦਿੱਤਾ, ਕੋਰੋਨਾ ਵੇਲੇ ਉਹਨੇ ਲੋਕਾਂ ਨੂੰ ਉਹਨਾਂ ਦੇ ਘਰਾਂ 'ਚ ਪਹੁੰਚਾਇਆ, ਚੱਕ ਕੇ ਗੱਡੀਆਂ ਦਾ ਪ੍ਰਬੰਧ ਕੀਤਾ। ਤੁਸੀਂ ਦੇਖੋ ਜਦੋਂ ਸਕੂਲ ਬੰਦ ਹੈ ਜੀ, ਜਿਹੜੇ ਝੁੱਗੀਆਂ ਝੋਂਪੜੀਆਂ 'ਚ ਰਹਿਣ ਵਾਲੇ ਬੱਚੇ ਆ, ਆਨਲਾਈਨ ਪੜ੍ਹਾਈ ਕਿੱਥੋਂ ਕਰਨ, ਉਹਨਾਂ ਕੋਲ ਸਮਾਰਟ ਫੋਨ ਹੈ ਨੀ ਗੇ ਜੀ। ਸੋਨੂ ਸੂਦ ਨੇ ਕੋਈ ਫਿਲਮ ਦੇਖ ਲਈ, ਕੋਈ ਵੀਡੀਓ ਦੇਖ ਲਈ, ਉਹ ਵੀਡੀਓ ਦੇਖਣ ਤੋਂ ਬਾਅਦ ਉਹਨੇ ਜਾ ਕੇ ਜਿੱਥੇ ਇੱਕ ਘਰ ਦੇ ਵਿੱਚ 2 ਬੱਚੇ ਆ, ਉਹਨੇ ਇੱਕ ਸਮਾਰਟ ਫੋਨ ਦਿੱਤਾ ਵੀ ਆ ਸਵੇਰੇ ਛੋਟਾ ਪੜ੍ਹ ਲੈ, ਸ਼ਾਮ ਨੂੰ ਵੱਡਾ ਪੜ੍ਹ ਲੈ, ਹਾਂਜੀ, ਉਹ ਸਮਾਰਟ ਫੋਨ ਵੀ ਦੇ ਰਿਹਾ। ਅਸਲ ਦੇ ਵਿੱਚ ਜਿਹੜੀ ਅਸਲ ਭਗਤੀ ਹੈ ਉਹ ਆ ਰੱਬ ਦੀ ਭਗਤੀ, ਆ ਹੈ ਜਿੱਥੇ ਤੁਸੀਂ ਬੱਚਿਆਂ ਨੂੰ ਕਿਸੇ ਨੂੰ ਵਿਦਿਆ ਦਿੰਦੇ ਹੋ, ਵਿਦਿਆ ਦਾ ਚਾਨਣ ਦਿੰਦੇ, ਹਨੇਰੇ ਨੂੰ ਦੂਰ ਕਰਦੇ, ਇਸ ਕਿਸਮ ਦੀਆਂ ਗੱਲਾਂ ਕਰਦੇ। ਚਲੋ ਆਪਾਂ ਅਮੀਰ ਖਾਨ ਦੀ ਗੱਲ ਕਰਦੇ ਹਾਂ। ਅਮੀਰ ਖਾਨ ਅਜਿਹਾ ਬੰਦਾ ਹੈ ਜਿਹੜਾ ਆਪਣੀ ਫਿਲਮ ਦੀ ਪ੍ਰਮੋਸ਼ਨ ਵਾਸਤੇ ਇਹੋ ਜਿਹੇ ਹਾਲਾਤ ਪੈਦਾ ਕਰਦਾ ਹੈ, ਇਹੋ ਜਿਹੀ ਲੋਕੇਸ਼ਨ ਭਾਲਦਾ ਕਿ ਲੋਕ ਉਹਨੂੰ ਫਿਲਮ ਨੂੰ ਦੇਖਣ ਜੀ। ਉਹ ਕਦੇ ਕਿਸੇ ਦੇਸ਼ ਜਾ ਕੇ ਕਰਦਾ, ਹੁਣ ਉਹਨੇ ਫਿਲਮ ਬਣਾਉਣੀ ਹੈ ਲਾਲ ਸਿੰਘ ਚੱਡਾ, ਹਾਂਜੀ, ਲਾਲ ਸਿੰਘ ਚੱਡਾ ਫਿਲਮ ਬਣਾਉਣ ਵਾਸਤੇ ਚਲਾ ਗਿਆ, UAE ਚਲਾ ਗਿਆ, ਤੁਰਕੀ ਚਲਾ ਗਿਆ, ਸੋਰੀ,
ਤੁਰਕੀ ਚਲਾ ਗਿਆ। ਤੁਰਕੀ ਜਾ ਕੇ ਜਦੋਂ ਗਿਆ ਤੇ ਉਹਨੂੰ ਜਿਹੜੀ ਤੁਰਕੀ ਦੇ ਰਾਸ਼ਟਰਪਤੀ ਦੀ ਵਾਈਫ ਹੈ ਉਹਨੇ ਕਿਹਾ ਜੀ ਮੈਂ ਮਿਲਣਾ, ਸੁਨੇਹਾ ਭੇਜਿਆ, ਕਹਿੰਦਾ ਜੀ ਮਿਲ ਲੈਣੇ ਜੀ, ਚਾਹ ਦੇ ਕੱਪ ਤੇ ਇਕੱਠੇ ਹੋ ਗਏ, ਉੱਥੇ ਦੀਆਂ ਤਸਵੀਰਾਂ ਲੈ ਗਿਆ, ਉਹਦੀ ਵਾਈਫ ਨੇ ਤਸਵੀਰ ਜਿਹੜੀ ਹੈਗੀ ਉਹ ਵਾਇਰਲ ਕਰਤੀ। ਜਦੋਂ ਸ਼ੇਅਰ ਕਰਤੀ ਉਹ ਤਸਵੀਰ ਵਾਇਰਲ ਹੋ ਗਈ। ਉੱਥੇ ਜਿਹੜਾ ਭਾਰਤ ਦਾ ਰਾਜਦੂਤ ਹੈ ਉਹਨੂੰ ਪੁੱਛਿਆ ਗਿਆ ਜੀ ਤੁਸੀਂ ਕੀ ਕਹੋਗੇ, ਉਹ ਕਹਿੰਦੇ ਵੀ ਇਹ ਸਾਡਾ ਸੱਭਿਆਚਾਰਕ ਅੰਬੈਸਡਰ ਹੈ, ਇਹ ਸਾਡਾ ਜਿਹੜਾ ਹੈਗਾ ਇੱਕ ਸੱਭਿਆਚਾਰਕ ਅੰਬੈਸਡਰ ਹੈ, ਸੱਭਿਆਚਾਰ ਦੇ ਜ਼ਰੀਏ ਦੋ ਦੇਸ਼ਾਂ ਨੂੰ ਨੇੜੇ ਕਰਦਾ ਤੇ ਮਾੜੀ ਗੱਲ ਕੀ ਹੈ ਜੀ। ਉਹਨੇ ਕਹਿ ਦਿੱਤਾ ਲਓ ਜੀ ਕੱਲ ਆਰ ਐਸ ਐਸ ਦਾ ਪਰਚਾ ਹੈ ਪੰਚ ਜਨਿਆ। ਅੱਛਾ ਜੀ, ਨਕਲੀ ਪਰਚਾ ਆਰ ਐਸ ਐਸ ਦੇ ਦੋ ਪਰਚੇ ਹੈ, ਇੱਕ ਅੰਗਰੇਜ਼ੀ ਚ ਜਿਹਨੂੰ ਆਰਗਨਾਈਜ਼ਰ ਕਹਿੰਦੇ ਹੈ, ਇੱਕ ਹਿੰਦੀ ਚ ਜਿਹਨੂੰ ਪੰਚ ਜਨਿਆ ਕਹਿੰਦੇ ਹੈ। ਪੰਚ ਜਨਿਆ ਚ ਕਿਹਾ ਕਹਿੰਦੇ ਵੀ ਡਰੈਗਨ ਡਰੈਗਨ ਕਾ ਫੇਵਰਿਟ ਖਾਨ, ਡਰੈਗਨ ਕਿਹਨੂੰ ਕਿਹਾ, ਚੀਨ ਨੂੰ ਕਿਹਾ, ਚੀਨ ਨੂੰ ਕਹਿੰਦੇ, ਚੀਨ ਵਾਲਿਆਂ ਦੀ ਜਿਹੜੀ ਹੈਗੀ ਆ ਵੀਵੋ ਕੋਈ ਉਹਨਾਂ ਦੀ ਕੰਪਨੀ ਹੈ ਮੋਬਾਈਲ ਵਾਲੀ, ਉਹਦੀ ਹੈ ਮਸ਼ਹੂਰੀ ਕਰਦਾ, ਉਹ ਪੈਸੇ ਲੈਂਦਾ, ਜੇ ਦੂਜੇ ਲੋਕ ਮਸ਼ਹੂਰੀ ਕਰਦੇ ਆ ਉਹ ਨੀ ਕਰ ਸਕਦਾ। ਫਿਰ ਇਹ ਕਹਿ ਦਿੱਤਾ ਕਿ ਜੀ ਇਹ ਬੰਦਾ ਤੁਰਕੀ ਦੀ ਜਾ ਕੇ ਰਾਸ਼ਟਰਪਤੀ ਦੀ ਵਾਈਫ ਨੂੰ ਮਿਲਦਾ ਜੀ, ਉਹਨੂੰ ਕਿਉਂ ਮਿਲਿਆ ਜੀ, ਤੁਰਕੀ ਤਾਂ ਪਾਕਿਸਤਾਨ ਦੇ ਨਾਲ ਮਿਲ ਕੇ ਕਹਿੰਦੇ ਸਾਡੇ ਦੇਸ਼ ਦੇ ਵਿੱਚ ਗੜਬੜ ਕਰਵਾ ਰਿਹਾ, ਇੱਥੇ ਇਤਿਹਾਸ ਸ਼ੁਰੂ ਕਰ ਰਿਹਾ। ਦੱਸੋ, ਮੇਰਾ ਇੱਕੋ ਇੱਕ ਸਵਾਲ ਹੈ ਕਿ ਦੇਸ਼ ਦਾ ਪ੍ਰਧਾਨ ਮੰਤਰੀ ਹੈ ਨਰਿੰਦਰ ਬਾਜਪਾਈ ਜੀ, ਮੋਦੀ, ਨਰਿੰਦਰ ਮੋਦੀ ਰੂਸ ਜਾਂਦਾ, ਰੂਸ ਤੋਂ ਅਫਗਾਨਿਸਤਾਨ ਚ ਆਉਂਦਾ, ਬਾਇਆ ਅਫਗਾਨਿਸਤਾਨ, ਜਦੋਂ ਪਾਕਿਸਤਾਨ ਦੇ ਉੱਤੋਂ ਦੀ ਲੰਘਣ ਲੱਗਿਆ ਤੇ ਅਚਨਚੇਤ ਉਹਦਾ ਜਹਾਜ਼ ਜਿਹੜਾ ਲੈਂਡ ਕਰ ਜਾਂਦਾ ਪਾਕਿਸਤਾਨ ਜੀ ਜੀ ਜੀ, ਬਗੈਰ ਕਿਸੇ ਪ੍ਰੋਗਰਾਮ ਤੋਂ, ਬਗੈਰ ਜਿਹੜੇ ਨਾਲ ਅਮਲਾ ਫੈਲਾ ਕਿਸੇ ਕੋਲ ਕੋਈ ਵੀ ਜਾਣ, ਉਹ ਲੈਂਡ ਕਰਦਾ ਹਵਾਈ ਅੱਡੇ ਦੇ ਉੱਤੇ, ਜਹਾਜ਼ ਖੜਦਾ, ਸਿੱਧਾ ਗੱਡੀ ਚੱਕਦਾ ਤੇ ਉਸ ਨਵਾਜ਼ ਸ਼ਰੀਫ ਦੇ ਘਰ ਪੈਂਦਾ ਜੀ। ਨਵਾਜ਼ ਸ਼ਰੀਫ ਦੇ ਘਰੇ ਕੋਈ ਫੰਕਸ਼ਨ ਹੈ, ਉਸ ਫੰਕਸ਼ਨ ਦੇ ਵਿੱਚੋਂ ਸ਼ਾਮਿਲ ਹੁੰਦਾ। ਨਰਿੰਦਰ ਮੋਦੀ ਸਾਹਿਬ ਜਿਸ ਵੇਲੇ ਪ੍ਰਧਾਨ ਮੰਤਰੀ ਦੀ ਸਹੁੰ ਚੁੱਕਦੇ ਆ, ਨਵਾਜ਼ ਸ਼ਰੀਫ ਨੂੰ ਬੁਲਾਉਂਦੇ ਆ, ਨਵਾਜ਼ ਸ਼ਰੀਫ ਨਰਿੰਦਰ ਮੋਦੀ ਦੀ ਮਾਤਾ ਜੀ ਵਾਸਤੇ ਜੀ ਉੱਥੋਂ ਇੱਕ ਸਾੜੀ ਲੈ ਕੇ ਆਉਂਦਾ ਪਾਕਿਸਤਾਨ ਦੇ ਵਿੱਚੋਂ, ਜੀ ਮੈਂ ਸਾੜੀ ਦਿੰਦਾ, ਇਮੇਜ ਦੇ ਵਿੱਚ ਨਰਿੰਦਰ ਮੋਦੀ ਸਾਹਿਬ ਵੀ ਉਹਨੂੰ ਤੋਹਫੇ ਦਿੰਦੇ ਵੀ ਤੂੰ ਆਪਦੀ ਮਾਂ ਵਾਸਤੇ ਆ ਤੋਹਫੇ ਲੈ ਜੀ। ਵੀ ਜੇ ਤਾਂ ਨਰਿੰਦਰ ਮੋਦੀ ਜਾਵੇ ਤਾਂ ਉਹ ਡਿਪਲੋਮੈਟਿਕ ਰਿਲੇਸ਼ਨ ਹੈ, ਤੇ ਜੇ ਆਮਿਰ ਖਾਨ ਜਾਵੇ ਜਿਹੜਾ ਹੈਗਾ ਉਹ ਵੀ ਤਾਂ ਕੌਮਾਂਤਰੀ ਪ੍ਰਸਿੱਧੀ ਦਾ ਬੰਦਾ, ਤੇ ਉਹਨੂੰ ਕਹਿ ਦੇਣਾ ਜੀ ਇਹ ਤਾਂ ਡਰੈਗਨ ਦਾ ਫੇਵਰਿਟ ਹੈ ਜੀ, ਜੇ ਉਹ ਚਾਰ ਪੈਸੇ ਕਮਾਉਂਦਾ ਹੈ, ਜੇ ਉਹਨੇ ਚਾਈਨਾ ਵਾਲਿਆਂ ਤੋਂ ਚਾਰ ਪੈਸੇ ਕਮਾਏ ਆ, ਉਹਨੇ ਉੱਥੇ ਉਹਨਾਂ ਦੀ ਐਡਵਰਟਾਈਜ਼ਮੈਂਟ ਕੀਤੀ ਹੈ, ਉਹਦਾ ਨਾਮ ਵਿਕਦਾ ਹੈ, ਉਹਨਾਂ ਪੈਸਿਆਂ ਦੇ ਨਾਲ ਕੋਈ ਉਹਨੇ ਐਸੀ ਤਾਂ ਕੀਤੀ ਨੀ, ਕੋਈ ਉਹਨੇ ਕੰਜਰੀਆਂ ਨੀ ਨਚਾਈਆਂ ਜੀ, ਉਹਨੇ ਤਾਂ ਫਿਰ ਜਿਹੜੇ ਗਰੀਬ ਲੋਕਾਂ ਨੂੰ ਜਿਹਨਾਂ ਦੇ ਘਰੇ ਆਟਾ ਹੈ ਨਹੀਂ ਸੀ ਉਹਨਾਂ ਨੂੰ ਆਟਾ ਦਿੱਤਾ ਤੇ ਨਾਲ ਰੁਪਈਏ ਦਿੱਤੇ, ਮੈਨੂੰ ਦੱਸੋ ਭਾਰਤ ਦੇ ਵਿੱਚ ਹੋਰ ਕਿਹੜਿਆਂ ਨੇ ਦਿੱਤੇ ਜੀ। ਸੋ ਇਹ ਜਿਹੜੀ ਹੈਗੀ ਇੱਕ ਚਾਲ ਹੈ, ਇਹਦੇ ਨਾਲ ਚਾਲ ਨਾਲ ਕੀ ਅਸਲ ਚ ਕਹਾਣੀ ਕੀ ਹੈ, ਕਹਾਣੀ ਇਹ ਹੈ ਕਿ ਘੱਟ ਗਿਣਤੀਆਂ ਦਾ ਨਾਂ ਲੈ ਕੇ ਹਿੰਦੂ ਭਾਈਚਾਰੇ ਨੂੰ ਪੋਲਰਾਈਜ਼ ਕਰਨਾ, ਉਹਨਾਂ ਦੇ ਜਿਹੜੇ ਦਿਲਾਂ ਦੇ ਵਿੱਚ ਨਫ਼ਰਤ ਭਰਨੀ ਕਿ ਜੀ ਇਹ ਮੁਸਲਮਾਨ ਹੁੰਦੀ ਹੈ। ਪਰ ਇਹ ਮੈਂ ਤੁਹਾਨੂੰ ਦੱਸਾਂ ਗੱਲ ਕਿ ਇਹ ਇਮਰਾਨ ਖਾਨ ਦੇ ਹੱਕ ਜਾਂਦੀ ਹੈ, ਸੋਰੀ ਆਮਿਰ ਖਾਨ ਦੀ ਗੱਲ ਹੱਕ ਜਾਂਦੀ ਹੈ। ਕਿਉਂ ਹੱਕ ਜਾਂਦੀ ਹੈ? ਕਿਉਂਕਿ ਜਿਹੜੀ ਉਹਦੀ ਪ੍ਰਮੋਸ਼ਨ ਹੋਣੀ ਸੀ ਲਾਲ ਸਿੰਘ ਚੱਢੇ ਦੀ, ਉਹ ਆਰ ਐਸ ਐਸ ਨੇ ਬਗੈਰ ਪੈਸਾ ਲੱਗੇ ਤੋਂ ਇੰਨੀ ਪ੍ਰਮੋਸ਼ਨ ਕਰ ਦਿੱਤੀ ਹੈ ਕਿ ਹੁਣ ਹਰੇਕ ਬੰਦਾ ਉਹਦੀ ਫਿਲਮ ਵੇਖੂਗਾ, ਉਹਦੀ ਕਮਾਈ ਚ ਵਾਧਾ, ਉਹਦੀ ਕਮਾਈ ਚ ਵਾਧਾ ਹੋਊਗਾ। ਆਰ ਐਸ ਐਸ ਦਾ ਜਿਹੜਾ ਏਜੰਡਾ ਹੈ ਪੋਲਰਾਈਜੇਸ਼ਨ, ਕਮਿਊਨਲ ਪੋਲਰਾਈਜੇਸ਼ਨ, ਫਿਰਕੂ ਕਤਾਰਬੰਦੀ, ਇਹਨਾਂ ਨੇ ਆਪਣਾ ਉਹ ਏਜੰਡਾ ਜਿਹੜਾ ਉਹ ਸਾਧਿਆ ਹੈ, ਇਹ ਤੋਂ ਵੱਧ ਉਹਦੇ ਚ ਕੱਖ ਵੀ ਨਹੀਂ। ਦੱਸੋ ਤੇ ਉੱਧਰ ਫਿਰ ਕੋਈ ਲੱਗਦਾ ਜੀ ਗਾਂਧੀ ਪਰਿਵਾਰ ਤੋਂ ਬਾਹਰ ਵੀ ਕੋਈ ਕਾਂਗਰਸ ਦਾ ਪ੍ਰਧਾਨ ਬਣੂਗਾ? ਮੇਰੇ ਖਿਆਲ ਬਣ ਸਕਦਾ ਹੈ, ਕਿਉਂਕਿ ਇਲੈਕਸ਼ਨਾਂ 2024 ਚ ਹੋਣੀ ਜੀ ਪਾਰਲੀਮੈਂਟ ਦੀ। ਅੱਛਾ ਜੀ, 2019 ਦੀਆਂ ਇਲੈਕਸ਼ਨਾਂ ਦੇ ਵਿੱਚ ਰਾਹੁਲ ਗਾਂਧੀ ਨੇ ਹਾਰ ਖਾਧੀ, 2014 ਦੀਆਂ ਇਲੈਕਸ਼ਨਾਂ ਚ ਹਾਰ ਖਾਧੀ, ਔਰ ਉਹਨੇ 2019 ਦੀਆਂ ਚੋਣਾਂ ਤੋਂ ਬਾਅਦ ਅਸਤੀਫਾ ਦੇ ਤਾ ਜੀ ਮੈਂ ਨਹੀਂ ਬਣਨਾ ਜੀ। ਨਾਲ ਉਹਨੇ ਕਿਹਾ ਸੀ ਨਹਿਰੂ ਗਾਂਧੀ ਖਾਨਦਾਨ ਦਾ ਕੋਈ ਨੀ ਬਣਨਾ। ਪਰ ਅਗਲੀ ਇਹ ਗੱਲ ਵੀ ਹੈ ਕਿ ਨਹਿਰੂ ਗਾਂਧੀ ਖਾਨਦਾਨ ਤੋਂ ਬਗੈਰ ਕਾਂਗਰਸ ਦਾ ਜਿਹੜਾ ਸਤਨਾਜਾ ਇਕੱਠਾ ਨਹੀਂ ਰਹਿ ਸਕਦਾ। ਸਤਨਾਜੇ ਨੂੰ ਇਕੱਠਾ ਰੱਖਣ ਵਾਸਤੇ ਫਿਰ ਉਹਦੀ ਬਜ਼ੁਰਗ ਮਾਂ ਜਿਹੜੀ ਬਿਮਾਰ ਵੀ ਹੈ ਉਹਨੂੰ ਕਹਿ ਸੋਨੀਆ ਗਾਂਧੀ ਨੂੰ ਕਿ ਤੁਸੀਂ ਆਓ ਤੁਸੀਂ ਸੰਭਾਲੋ। ਉਹਦਾ ਇੱਕ ਸਾਲ ਪੂਰਾ ਹੋ ਗਿਆ, ਇੱਕ ਸਾਲ ਪੂਰਾ ਹੋਣ ਤੋਂ ਪਹਿਲਾਂ ਜਿਹੜੀ 23 ਬੰਦਿਆਂ ਦੀ ਚਿੱਠੀ ਆ ਗਈ ਸੀ ਮਜ਼ਬੂਤ ਜਿਹੜਾ ਹੈਗਾ ਹੋਲ ਟਾਈਮਰ ਪ੍ਰਾਈਮ ਮਿਨਿਸਟਰ ਆਪਣਾ ਪ੍ਰੈਜ਼ੀਡੈਂਟ ਚਾਹੀਦਾ ਜੀ, ਤਾਂ ਲੋਕਾਂ ਦੇ ਵਿੱਚ ਰਹੇ ਜਿਹੜਾ ਦਫ਼ਤਰ ਚ ਬੈਠੇ ਸਾਰੀਆਂ ਗੱਲਾਂ ਕਹਿ ਜੀ। ਇਸ ਗੱਲ ਦੇ ਉੱਤੇ ਖੌੜੂ ਪਿਆ, 7 ਘੰਟੇ ਮੀਟਿੰਗ ਚੱਲੀ ਹੈ, 7 ਘੰਟਿਆਂ ਦੇ ਵਿੱਚ ਲਗਭਗ ਸਾਰੀ ਵਰਕਿੰਗ ਕਮੇਟੀ ਨੇ ਜਿਹਦੇ ਵਿੱਚ 4 ਬੰਦੇ 23 ਚੋਂ ਵੀ ਸੀ ਜੀ, ਉਹਨਾਂ ਨੇ ਵੀ ਕਹਿਤਾ ਨਾ ਸਾਨੂੰ ਸੋਨੀਆ ਗਾਂਧੀ ਤੇ ਇਤਰਾਜ਼ ਹੈ ਤੇ ਨਾ ਸਾਨੂੰ ਕੋਈ ਇਤਰਾਜ਼ ਹੈਗਾ ਜੀ ਰਾਹੁਲ ਗਾਂਧੀ ਦੇ ਤੇ ਰਹਿਣ, ਜਮ ਕਿਉਂ ਪ੍ਰਧਾਨ ਰਹਿਣ। ਉਦੋਂ ਨਾਲ ਹੀ ਜਦੋਂ ਇਹ ਮੀਟਿੰਗ ਖਤਮ ਹੋ ਗਈ, ਫਿਰ ਗੁਲਾਮ ਨਬੀ ਆਜ਼ਾਦ ਦੇ ਘਰੇ ਇੱਕ ਹੋਰ ਮੀਟਿੰਗ ਹੁੰਦੀ ਜੀ, ਉਸ ਮੀਟਿੰਗ ਦੇ ਵਿੱਚ ਕੌਣ ਕੌਣ ਜਾਂਦੇ ਆ ਜੀ, ਉਹ ਚ ਕਪਿਲ ਵੀ ਹੈਗੇ ਆ ਜੀ, ਆਪਣੇ ਮਿਸਟਰ ਇਹਨਾਂ ਦਾ ਨਾਮ ਕੀ ਕਹਿੰਦੇ ਆ, ਸੋਰੀ ਉਹ ਵਕੀਲ ਨੇ ਜਿਹੜੇ ਵਕੀਲ ਸਾਹਿਬ, ਉਹ ਵੀ ਜਾਂਦੇ ਆ, ਉਹਨਾਂ ਚ ਮਨੀਸ਼ ਤਿਵਾੜੀ ਵੀ ਜਾਂਦੇ ਆ, ਕਪਿਲ ਸਿੱਬਲ
ਕਪਿਲ ਸਿੱਬਲ, ਸ਼ਸ਼ੀ ਥਰੂਰ ਵੀ ਜਾਂਦੇ, ਸਾਰੇ ਜਾਂਦੇ ਆ। ਉਹਨਾਂ ਨੇ ਜਾ ਕੇ ਆਪਣਾ ਸਾਰਾ ਹਿਸਾਬ ਕਿਤਾਬ ਕੀਤਾ, ਮੁੜ ਕੇ ਉਹਨਾਂ ਨੇ ਵੀ ਕਹਿ ਦਿੱਤਾ ਜੀ ਅਸੀਂ ਬਾਕੀ ਕਦੋਂ ਆ, ਅਸੀਂ ਕੋਈ ਬਗਾਵਤ ਨਹੀਂ ਕੀਤੀ, ਅਸੀਂ ਰਾਹੁਲ ਗਾਂਧੀ ਸੋਨੀਆ ਗਾਂਧੀ ਦੇ ਨਾਲ ਆ, ਲੇਕਿਨ ਸਾਡੀ ਤਾਂ ਇਹ ਮੰਗ ਹੈ ਕਿ ਕਾਂਗਰਸ ਪਾਰਟੀ ਨੂੰ ਮਜ਼ਬੂਤ ਕੀਤਾ ਜਾਵੇ। ਅਸੀਂ ਤਾਂ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ ਸੁਝਾਅ ਦਿੱਤੇ ਆ, ਔਰ ਸੋਨੀਆ ਗਾਂਧੀ ਨੇ ਕਿਹਾ ਵੀ ਭੁੱਲ ਜਾਓ ਸਾਰਿਆਂ ਨੂੰ, ਮੈਨੂੰ ਚੋਟ ਜ਼ਰੂਰ ਲੱਗੀ ਹੈ ਕਿ ਮੈਂ ਬਿਮਾਰ ਸੀ, ਮੈਂ ਚਲੋ ਕੋਈ ਗੱਲ ਨਹੀਂ, ਕਹਿੰਦੀ ਮੇਰੇ ਪੁਰਾਣੇ ਸਾਥੀ ਆ ਮੇਰੇ ਨਾਲ ਸਾਰੇ, ਮੈਨੂੰ ਕਿਸੇ ਤੇ ਕੋਈ ਗੁੱਸਾ ਬੋਲਾ ਨਹੀਂ, ਅਸੀਂ ਸਾਰੇ ਉਹਦੇ ਨਾਲ ਆ। ਉਹ ਤੋਂ ਬਾਅਦ ਫਿਰ ਸਟੇਟਮੈਂਟ ਆਉਂਦੀ ਹੈ ਅਹਿਮਦ ਪਟੇਲ ਜੀ। ਅਹਿਮਦ ਪਟੇਲ ਤੁਹਾਨੂੰ ਪਤਾ ਵੀ ਇੰਦਰਾ ਗਾਂਧੀ ਦਾ ਵੀ ਪੋਲੀਟੀਕਲ ਸੈਕਟਰੀ ਹੈ ਤੇ ਉਹਦੀ ਨੂੰਹ ਸੋਨੀਆ ਗਾਂਧੀ ਦਾ ਵੀ ਪੋਲੀਟੀਕਲ ਸੈਕਟਰੀ ਹੈ। ਅਹਿਮਦ ਪਟੇਲ ਉਹ ਸ਼ਖਸ ਹੈ ਜਿਹਨੇ ਨਰਿੰਦਰ ਮੋਦੀ ਔਰ ਅਮਿਤ ਸ਼ਾਹ ਵੱਲੋਂ ਜ਼ੋਰ ਲਾਇਆ ਗਿਆ ਸੀ ਕਿ ਉਹਨੂੰ ਹਰਾਇਆ ਜਾਵੇ ਰਾਜ ਸਭਾ ਦੀ ਚੋਣ, ਗੁਜਰਾਤ ਦੇ ਵਿੱਚ ਉਹ ਫਿਰ ਵੀ ਜਿੱਤਿਆ ਜੀ, ਕਿਸੇ ਤਰੀਕੇ ਨਾਲ ਭਾਵੇਂ ਚੋਣ ਕਮਿਸ਼ਨ ਕੋਲੇ ਜਾ ਕੇ ਜਿੱਤਿਆ। ਉਹ ਬ੍ਰੇਨ ਆ ਸਾਰਾ ਕੁਛ ਅੱਖਾਂ ਨੱਖ ਕਰਨਾ ਸੋਨੀਆ ਗਾਂਧੀ ਨੂੰ। ਉਹਨੇ ਬਾਹਰ ਆ ਕੇ ਫਿਰ ਸਟੇਟਮੈਂਟ ਦਿੱਤੀ ਕਿ ਜਿਹੜੀ 6 ਮਹੀਨਿਆਂ ਨੂੰ ਆਲ ਇੰਡੀਆ ਕਾਂਗਰਸ ਕਮੇਟੀ ਦਾ ਸੈਸ਼ਨ ਹੋਣਾ, ਉਹਦੇ ਵਿੱਚ ਕੋਈ ਗੈਰ ਗਾਂਧੀ ਵੀ ਪ੍ਰਧਾਨ ਬਣ ਸਕਦਾ ਜੀ। ਹੁਣ ਪਿਛਲੇ ਦਿਨਾਂ ਚ ਕਿਤਾਬ ਆਈ ਹੈ, ਉਸ ਕਿਤਾਬ ਦੇ ਵਿੱਚ ਇੰਟਰਵਿਊ ਸੋਨੀਆ ਪ੍ਰਿੰਕਾ ਗਾਂਧੀ ਵਾਡਰਾ ਦੀ ਵੀ ਹੈ ਤੇ ਉਹਦੇ ਵਿੱਚ ਰਾਹੁਲ ਗਾਂਧੀ ਦੀ ਵੀ ਹੈ ਜੀ। ਉਹਨਾਂ ਨੇ ਕਹਿ ਦਿੱਤਾ ਸੀ ਜੀ ਅਸੀਂ ਤਾਂ ਇਸ ਗੱਲ ਦੇ ਹੱਕ ਚ ਕਿ ਕੋਈ ਗੈਰ ਗਾਂਧੀ ਜਿਹੜਾ ਹੈਗਾ ਉਹ ਪ੍ਰਧਾਨ ਹੋਵੇ। ਹੁਣ ਕਿਉਂਕਿ 6 ਮਹੀਨਿਆਂ ਦੇ ਵਿੱਚ ਸੈਸ਼ਨ ਹੋਣਾ ਜੀ, 24 ਦੇ ਵਿੱਚ ਇਲੈਕਸ਼ਨਾਂ ਹੋਣੀਆਂ, ਅੱਜ ਰਾਹੁਲ ਗਾਂਧੀ ਪ੍ਰਧਾਨ ਬਣ ਕੇ ਆਪਦੇ ਤੇ ਜ਼ਿੰਮੇਵਾਰੀ ਲੈ ਕੇ ਕੋਈ ਇਹ ਨਹੀਂ ਕਿ ਅਗਲੇ 2 ਸਾਲਾਂ ਨੂੰ ਫੇਰੇ ਕਹਿ ਦੇਣ ਜੀ ਤਾਂ ਚੱਲਦਾ ਨਹੀਂ, ਨੂੰ ਹਟਾ ਦਿਓ ਜੀ। ਫਾਰ ਦੀ ਟਾਈਮ ਬੀਇੰਗ 2024 ਤੋਂ ਪਹਿਲਾਂ ਤੱਕ ਕੋਈ ਹੋਰ ਬਣਾਉਣਗੇ, ਲੇਕਿਨ ਚੋਣਾਂ ਦੇ ਨੇੜੇ ਆ ਕੇ ਫਿਰ ਨਹਿਰੂ ਗਾਂਧੀ ਖਾਨਦਾਨ ਦੁਬਾਰਾ ਫਿਰ ਆ ਕੇ ਆਪਣੀ ਪੋਜੀਸ਼ਨ ਸੰਭਾਲ ਲੂਗਾ ਜੀ, ਉਹ ਥੱਪ ਵੀ ਰੱਖਣਗੇ ਤੇ ਸੋਟਾ ਵੀ ਮਾਰਨ। ਬਿਲਕੁਲ ਇਹਦੀਆਂ ਗੱਲਾਂ ਹੋਣਗੀਆਂ। ਗੈਰ 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 ਨਹਿਰੂ ਗਾਂਧੀ ਫੈਮਿਲੀ ਦਾ ਬੰਦਾ ਕੋਈ ਪ੍ਰਧਾਨ ਬਣ ਸਕਦਾ ਹੁਣ? ਚਾਂਸ ਦੇ ਲੱਗਦੇ, ਕਿਉਂਕਿ ਜੇ ਅਹਿਮਦ ਪਟੇਲ ਕਹਿੰਦਾ ਉਧਰ ਉਹ ਕਹਿੰਦਾ ਤਾਂ ਇਹਦਾ ਮਤਲਬ ਹੈ ਕਿ ਦੋਨਾਂ ਧਿਰਾਂ ਥੋੜੀਆਂ ਥੋੜੀਆਂ ਪਿਛਾਂ ਹਟ ਗਏ ਜੀ, ਕਿ ਚਲੋ ਇੱਕ ਗੈਰ ਨਹਿਰੂ ਗਾਂਧੀ ਖਾਨਦਾਨ ਦਾ ਪ੍ਰਧਾਨ ਬਣਾ ਕੇ ਦੇਖ ਲਓ ਕਿੰਨਾ ਚੱਲਦਾ, ਫਿਰ ਉਹ ਤੋਂ ਬਾਅਦ ਦੇਖ ਲਾਂਗੇ ਦੇਖ ਲਾਂਗੇ। ਤੁਸੀਂ ਇਹ ਦੇਖੋ ਨਹੀਂ ਹੁੰਦਾ, ਤੁਸੀਂ ਇਹ ਦੇਖੋ ਕਿ ਜਦੋਂ ਸੀਤਾਰਾਮ ਕੇਸਰੀ ਹੁੰਦਾ ਸੀ, ਸੀਤਾਰਾਮ ਕੇਸਰੀ ਤੋਂ ਪਹਿਲਾਂ ਸੋਨੀਆ ਗਾਂਧੀ ਦੀ ਹਾਲਤ ਕੀ ਸੀ? ਘਰੇ ਕੱਲੀ ਬੈਠੀ ਸੀ, ਲੇਕਿਨ ਕਾਂਗਰਸੀ ਉਹਦੇ ਘਰ ਚ ਗਏ ਜਾ ਕੇ ਕਿਹਾ ਸੋਨੀਆ ਗਾਂਧੀ ਨੂੰ ਕਿ ਮਾਤਾ ਸ਼੍ਰੀ ਆ ਜਾਓ, ਨਹੀਂ ਤਾਂ ਉੱਜੜ ਗਿਆ ਸਾਰਾ, ਉੱਜੜ ਗਿਆ ਸਾਰਾ ਕੁਛ, ਤੇ ਆ ਕੇ ਸੰਭਾਲੋ ਉਹਦੇ ਘਰੋਂ ਹਾਰ ਪਾ ਕੇ ਲੈ ਕੇ ਆਏ ਸੀ, ਔਰ ਉਹਨੇ ਫਿਰ 2 ਇਲੈਕਸ਼ਨਾਂ ਜਿਹੜੀਆਂ ਜਿੱਤੀਆਂ 2004 ਤੇ 2009 ਦੀ ਸਰਕਾਰ ਬਣਾ ਕੇ ਦਿਖਾਈ ਜੀ। ਇਹ ਹਾਲਾਤ ਦੁਬਾਰਾ ਫਿਰ ਰਿਪੀਟ ਹੋਣਗੇ ਉਹੋ ਜਿਹੇ ਹਾਲਾਤ ਜੀ ਜੀ। ਸੋ ਮਿਹਰਬਾਨੀ ਢਿੱਲੋਂ ਸਾਹਿਬ, ਸ਼ੁਕਰੀਆ, ਤੇ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਇੱਕ ਬ੍ਰੇਕ, ਬ੍ਰੇਕ ਤੋਂ ਬਾਅਦ ਫਿਰ ਜੁੜਦੇ ਹਾਂ, ਜੁੜੇ ਰਹੋ ਰੇਡੀਓ ਪੰਜਾਬ ਟੁਡੇ।